बॉलीवुड एक्टर अक्षय कुमार दी फिल्म सूर्यवंशी दा किसाना दे वलों जम के विरोध किया जा रहा है। किसाना दा कहना है कि अक्षय कुमार दी किसे फिल्म नू पंजाब दे विच ना की बल्कि देश भर दे विच वी रिलीज नहीं होण देंगे। इसे दे चलदे होशियारपुर दे विच वी माहौल उस वेले गरमा गया जदों किसाना दे वलों अक्षय कुमार दी फिल्म दा विरोध किया जा रहा सी। वड्डी गिनती विच किसान उत्थे पहुंचे ते फिल्म दा विरोध करना शुरू किया ते जानकारी मिलदिया ही वड्डी गिनती विच पुलिस विभाग भी उत्थे पहुंच गया। मौके दे उत्ते किसानां नूं समझाया गया, समझा के हालांकि हालात नूं काबू दे विच कीता गया अते किसानां नूं वापस जरूर भेज दिता गया। पर किसानां दे वल्लों इको गल आखी गई है कि जदों तक अक्षय कुमार दी फिल्म नूं बंद नहीं करवा दिंदे उदों तक उह लगातार विरोध करदे रहिण। बाइज करके साडे किसान मोर्चे दे खिलाफ ते किसानां दे खिलाफ बहुत मंदे भद्दे शब्द बोले, इस करके असं ये फिल्म इतने नहीं करा रहे, पूरे पंजाब पूरे हिंदुस्तान करा रहे हैं। अच्छा, इस करके ता करा रहे कि ये पक्का मोदी का भगत सेगा, इन वो कहे तो इन साढ़े से हमले किए, काफ़ी हमले किए। पहला साढ़ा को नहीं सी होने की फिल्म रिलीज होने लगी आ, हूँ असं ये हमला कर लगे क्यों बंद करा लगे हाँ। इस करके अं तर होर साढ़ा कोई दुश्मनी नहीं, यदि जबान जैसा जो करतब से उस करके अभी फिल्म बंद करा रहे। जोगेश जी, जो सारा जो मसला है ਉਹ ਜਿਹੜਾ ਇਹ ਕਿਸਾਨ ਵਿਰੋਧੀ ਜਿਹੜਾ ਅਕਸ਼ੇ ਕੁਮਾਰ ਵਾ, ਇਹ ਲਗਾਤਾਰ ਜਿਹੜਾ ਆ ਮੋਦੀ ਹਕੂਮਤ ਦੇ ਜਿਹੜੀਆਂ ਕਿਸਾਨ ਵਿਰੋਧੀ ਪਾਲਸੀਆਂ, ਲੋਕ ਵਿਰੋਧੀ ਪਾਲਸੀਆਂ ਆ, ਉਹਦਾ ਇਹ ਵੱਡਾ ਸਮਰਥਕ ਵਾ। ਔਰ ਪਿਛਲੇ ਸਮੇਂ ਤੁਸੀਂ ਦੇਖਿਆ ਹੋਣਾ ਆ ਕਿ ਤੁਸੀਂ ਸਾਰੇ ਸਾਡੇ ਪੱਤਰਕਾਰ ਵੀਰ ਆਏ ਆ, ਤਾਂ ਇਹਨੇ ਇੱਕ ਮੋਦੀ ਦੀ ਜਿਹੜੀ ਇੰਟਰਵਿਊ ਵੀ ਲਈ ਸੀਗੀ। ਇਹ ਇੱਕ ਕਲਾ ਦੇ ਖੇਤਰ 'ਚੋਂ ਆ ਕੇ ਪੱਤਰਕਾਰਤਾ ਜਿਹੜੀ ਆ ਬੜੀ ਘਟੀਆ ਲੈਵਲ ਦੀ ਇਹਨੇ ਉਸ ਵੇਲੇ ਵੀ ਜਿਹੜੀ ਮੋਦੀ ਦੇ ਵਾਸਤੇ ਜਿਹੜੀ ਇੱਕ ਸਰਵਿਸ ਦਿੱਤੀ ਸੀਗੀ। ਅਤੇ ਟੋਟਲ ਦੇ ਵਿੱਚ ਅਸੀਂ ਜਿਹੜੇ ਇਹਨੂੰ ਦੇਖਦੇ ਹਾਂ, ਇਹ ਲੋਕ ਵਿਰੋਧੀ ਜਿਹੜੀ ਮੋਦੀ ਦੀਆਂ ਪਾਲਸੀਆਂ ਉਹਦਾ ਪੂਰਾ ਪੈਰੋਕਾਰ ਵਾ। ਅਤੇ ਇਹਦੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਕਾਰਗੁਜ਼ਾਰੀ ਆ ਕਿਸਾਨ ਵਿਰੋਧੀ ਰਹੀ ਆ, ਅਤੇ ਉਹਨੂੰ ਦੇਖਦੇ ਹੋਏ ਇਹਦੀ ਜਿਹੜੀ ਫਿਲਮ ਜਿਹੜੀ ਆ ਸੂਰਿਆਵੰਸ਼ੀ ਜਿਹੜੀ ਆ, ਅਸੀਂ ਉਹਦਾ ਜਿੱਥੇ ਵਿਰੋਧ ਕਰਨ ਪਹੁੰਚੇ ਹਾਂ ਅਤੇ ਉਹਦਾ ਆਪਾਂ ਡਟ ਕੇ ਵਿਰੋਧ ਕਰਾਂਗੇ। ਜਿਵੇਂ ਕਿ ਮੈਨੇਜਰ ਸਾਹਿਬ ਨੇ 4 ਵਜੇ ਤੱਕ ਦਾ ਟਾਈਮ ਲਿਆ, ਉਸ ਤੋਂ ਬਾਅਦ ਵੀ ਇਹ ਨਾ ਬੰਦ ਕੀਤੀ ਗਈ? ਬਿਲਕੁਲ, ਅਸੀਂ ਜਿਹੜਾ ਉਹ ਸਾਡੇ ਨਾਲ ਗੱਲਬਾਤ ਹੋਈ ਮੈਨੇਜਰ ਸਾਹਿਬ ਦੀ, ਅਗਰ ਇਹ ਫਿਲਮ ਨਹੀਂ ਬੰਦ ਕਰਦੇ ਤਾਂ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਆ ਉਹ ਅਗਲਾ ਸੰਘਰਸ਼ ਜਿਹੜਾ ਉਹ ਲੀਕਾਂਗੇ ਔਰ ਤਿੱਖਾ ਆਪਣਾ ਜਿਹੜਾ ਪ੍ਰੋਗਰਾਮ ਆ ਜ਼ਰੂਰ ਆਪਾਂ ਪ੍ਰੋਗਰਾਮ ਦੇਵਾਂਗੇ। ਜ਼ਿਕਰਯੋਗ ਹੈ ਕਿ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਕਈ ਫਿਲਮੀ ਸਿਤਾਰੇ ਕਿਸਾਨਾਂ ਦੇ ਹੱਕ ਦੇ ਵਿੱਚ ਆ ਖੜੇ ਹੋਏ ਨੇ। ਪਰ ਇਸ ਦੇ ਵਿਚਕਾਰ ਅਕਸ਼ੇ ਕੁਮਾਰ ਇੱਕ ਅਜਿਹੇ ਬਾਲੀਵੁੱਡ ਸਟਾਰ ਨੇ ਜੋ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਕਦੇ ਵੀ ਨਹੀਂ ਬੋਲੇ ਬਲਕਿ ਕਿਸਾਨਾਂ ਦੇ ਖਿਲਾਫ਼ ਬੋਲਦੇ ਜ਼ਰੂਰ ਨਜ਼ਰ ਆਏ ਨੇ, ਜਿਸ ਦੇ ਕਾਰਨ ਕਿਸਾਨਾਂ ਦੇ ਵੱਲੋਂ ਲਗਾਤਾਰ ਉਹਨਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਆਲ ਵਰਲਡ ਓਪਨ ਚੈਲੰਜ, ਤੁਰੰਤ ਸਮਾਧਾਨ। A to Z ਸਮੱਸਿਆਵਾਂ ਦਾ ਘਰ ਬੈਠੇ ਸਮਾਧਾਨ। 64 ਸ਼ਕਤੀਆਂ ਦੇ ਮਾਹਿਰ, 21 ਵਾਰ ਗੋਲਡ ਮੈਡਲਿਸਟ, ਵਰਲਡ ਫੇਮਸ ਬਾਬਾ ਸਰਤਾਜ ਖਾਨ। ਸਪੈਸ਼ਲਿਸਟ, ਗ੍ਰਹਿ ਕਲੇਸ਼, ਨੌਕਰੀ ਪ੍ਰਮੋਸ਼ਨ, ਕਾਰੋਬਾਰ 'ਚ ਰੁਕਾਵਟ, ਵਿਆਹ 'ਚ ਰੁਕਾਵਟ, ਸੰਤਾਨਹੀਨਤਾ, ਤਲਾਕ, ਕੋਰਟ ਕੇਸ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਸ਼ੀਕਰਨ, ਮੁਟਕਰਨੀ, ਸਾਰੀਆਂ ਥਾਵਾਂ ਤੋਂ ਨਿਰਾਸ਼ ਹੋ, ਸੰਪਰਕ ਕਰੋ ਵਰਲਡ ਫੇਮਸ ਬਾਬਾ ਸਰਤਾਜ ਖਾਨ ਦੇ ਨਾਲ। ਬਾਬਾ ਸਰਤਾਜ ਖਾਨ, 9888135987। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।